ਸਾਰੇ ਦਾ ਸਵਾਗਤ ਹੈ ਆਪਣੇ YouTube ਚੈਨਲ ਤੇ Facebook ਪੇਜ ਤੇ ਤੱਬ ਕੇ ਕਰ ਦਿਓ ਵੀਡੀਓ ਨੂੰ ਸ਼ੇਅਰ ਅੱਜ ਦਾ ਦਿੱਲੀ ਲੈ ਆਏ ਆ ਜੌਂਡੀਆ ਟਰੈਕਟਰ 5204 ਡਬਲ ਪਾਵਰ ਕਲਰ ਸ਼ਿਫਟ ਦੇ ਵਿੱਚ ਆਈ ਤੇ ਸਾਰੇ ਕਿਸਾਨਾਂ ਤੱਕ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਜੇ ਕਿਸੇ ਵੀਰ ਨੇ ਐਡ ਲਵਾਉਣੀ ਹੈ ਥੱਲੇ ਆਪਣਾ ਨੰਬਰ ਦਿੱਤਾ ਹੈ ਵੀਡੀਓ ਕਰਵਾਉਣ ਲਈ ਸੰਪਰਕ ਕਰੋ ਤੇ ਉੱਤੇ ਨੰਬਰ ਦਿੱਤਾ ਹੈ ਵੀਰ ਟਰੈਕਟਰ ਜਿਨ੍ਹਾਂ ਦਾ ਹੈਗਾ ਉਹਨਾਂ ਦਾ ਉੱਤੇ ਦਿੱਤਾ ਹੁੰਦਾ ਹੈ ਹਮੇਸ਼ਾ ਵੀਡੀਓ ਦੇ ਤੇ ਉਹਨਾਂ ਨੂੰ ਫੋਨ ਲਾਇਆ ਕਰੋ ਜਿਆਦਾ ਤੋਂ ਜਿਆਦਾ ਤੇ ਫਿਰ ਵੀ ਮੈਨੂੰ ਫੋਨ ਆਉਂਦੇ ਨੇ ਵੀ ਜਿਨ੍ਹਾਂ ਨੇ ਐਡ ਕਰਾਉਣੀ ਆ ਉਹ ਸਿਰਫ ਮੈਨੂੰ ਫੋਨ ਲਾਉਣ ਜਿਨ੍ਹਾਂ ਨੂੰ ਟਰੈਕਟਰ ਲੈਣਾ ਉਹਨਾਂ ਦਾ ਨੰਬਰ ਉੱਤੇ ਦਿੱਤਾ ਹੁੰਦਾ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਆਪਾਂ ਗੱਲਬਾਤ ਕਰਦੇ ਨੇ ਟਰੈਕਟਰ ਬਾਰੇ ਕਲਰ ਬਾਰੇ ਤੇ ਕੀ ਕੰਡੀਸ਼ਨ ਹੈ ਟਰੈਕਟਰ ਦੀ ਪੰਜਾਬ ਨੰਬਰ ਹੈ ਜੀ ਟਰੈਕਟਰ ਪਹਿਲੇ ਨੰਬਰ ਤੇ ਰਾਮਪੁਰਾ ਫੂਲ ਬਠਿੰਡਾ ਡਿਸਟ੍ਰਿਕਟ ਆਉਂਦਾ ਜੀ ਮਾਡਲ ਹੈਗਾ ਜੀ ਇਹ 2012 ਤੇ ਜਿਹੜੀ ਗੱਲ ਹੈ ਵੀਰ ਦੇ ਘਰੇ ਘਰੇ ਚੱਲਿਆ ਗਿਆ ਲੈ ਟਰੈਕਟਰ ਬਹੁਤ ਸਾਫ਼ ਪਿਆ ਇੱਕ ਹੱਥ ਚੱਲਿਆ ਤੇ 70 ਪੈਸੇ ਟਾਇਰ ਪਏ ਹੈ ਜੀ ਤੇ ਪਾਵਰ ਸਟੀering ਹੈ ਜੋ ਤੁਹਾਨੂੰ ਪਤਾ ਜੌਂਡੀਅਰ ਦੇ ਫੀਚਰ ਹੈ ਸਟਾਰਟਿੰਗ ਤੋਂ ਲੈ ਕੇ ਐਂਡਿੰਗ ਤੱਕ ਬਹੁਤ ਜ਼ਿਆਦਾ ਪਾਵਰ ਸਟੀering ਨੂੰ ਵੇਖਣ ਨੂੰ ਮਿਲੇ ਹੈ ਟਰੈਕਟਰ ਤੇ ਜਿਹੜਾ ਸਫਾਈ ਹੈ ਰੰਗ ਰੋਗਣ ਦੀ ਨਾਲ ਦਾ ਰੰਗ ਰੋਗਣ ਹੈ オリジナル ਹੈ ਕੋਈ ਰੰਗ ਰੋਗਣ ਵੱਜਣੀ ਹੋਇਆ ਤੇ ਬਾਈ ਨੂੰ ਜ਼ਰੂਰਤ ਸੀ ਪੈਸੇ ਨੇ ਤੇ ਇਸ ਕਰਕੇ ਵੇਚਣਾ ਬਾਈ ਨੇ ਤੇ ਜੇ ਗੱਲ ਕਰੀਏਂਦੇ ਟਾਇਰਾਂ ਦੀ 70% ਟਾਇਰ ਨੇ ਪਾਵਰ ਸਟੀering ਹੈ ਤੇ ਮਾਡਲ ਹੈਗਾ 2012 ਜੌਂਡੀਅਰ 5204 ਹੈ ਜੀ categories 5204 موبائل نمبر ਹੈਗਾ 70197 54254 70197 54254 ਜਿਹੜੀ ਡਿਮਾਂਡ ਹੈ ਵੀਰਾਂ ਦੀ ਉਹ ਹੈਗੀ ਹੈ ਜੀ ਰੇਟ ਹੈਗਾ ਜੀ 430000 ਰੁਪਇਆ ਤੇ ਜਾਇਜ ਰੇਟ ਹੈ ਤੇ ਅਗਲੇ ਮਗਰਾਟ ਲੱਗੇ ਹੋਏ ਨੇ ਦੇਖ ਸਕਦੇ ਤੁਸੀਂ ਜੇ ਰੰਗ ਰੋਗਨ ਦੀ ਗੱਲ ਕੀਤੀ ਜਾਵੇ ਬਹੁਤ ਸਾਫ ਪਿਆ ਟਰੈਕਟਰ ਵੀਡੀਓ ਨੂੰ ਦਬਕੇ ਸ਼ੇਅਰ ਕਰਾ ਜੀ ਤੇ ਪੇਜ ਨੂੰ ਜ਼ਰੂਰ ਫੋਲੋ ਕਰਿਆ ਜੀ ਜਿਹੜੇ ਲੋਕ ਨਵੇਂ ਆਏ ਨੇ ਚੈਨਲ ਤੇ ਸਬਸਕ੍ਰਾਈਬ ਕਰਿਆ ਜੀ ਤੇ ਆਪਣਾ ਨੰਬਰ ਹੈਗਾ 8728855680 ਜੇ ਕਿਸੇ ਵੀਰ ਨੇ ਐਡ ਲਵਾਉਣੀ ਹੁੰਦੀ ਹੈ ਤਾਂ ਘੱਟੋ ਘੱਟ 10 ਫੋਟੋਆਂ ਜਾਂ 2 ਤੋਂ 2.5 ਮਿੰਟ ਦੀ ਵੀਡੀਓ ਬਣਾ ਕੇ ਭੇਜਿਆ ਕਰੋ ਉਸ ਨਾਲ ਕੀ ਐਡ ਪੂਰੀ ਲੱਗਦੀ ਆ ਨਹੀਂ ਤਾਂ ਐਡ ਹਾਫ ਰਹਿ ਜਾਂਦੀ ਆ ਮੈਂ ਤਾਂ ਆ ਪੰਜ ਫੋਟੋਆਂ ਆਣੀਆਂ ਸੀ ਬਾਈ ਕੰ ਦਾ ਪੰਜ ਨੇ ਮੈਂ ਹਾਂ ਪੰਜ ਕਰ ਦਉਂ ਸੈਂਟ ਪਰ ਐਡ ਛੋਟੀ ਰਹਿ ਜਾਂਦੀ ਐ ਇਸ ਲਈ ਨਾ ਘੱਟੋ ਘੱਟ 2 ਤੋਂ 5 ਮਿੰਟ ਦੀ ਜਾਂ 3 ਮਿੰਟ ਦੀ ਵੀਡੀਓ ਬਣਾ ਕੇ ਭੇਜੋ ਜਾਂ 10 ਤੋਂ 15 ਫੋਟੋਆਂ ਭੇਜੋ ਕਲੀਅਰ ਤੇ ਜਿਹੜਾ ਟਵਲ ਪੰਪ ਦੇ ਵਿੱਚ ਐ ਇਕੱਠਾ ਜੋ ਕਿ ਆਉਂਦਾ ਦੇਖੋ ਇਹ ਸਫਾਈ ਕਿੰਨੀ ਪਈ ਐ ਟਰੈਕਟਰ ਦੀ ਰੰਗ ਰੂਗਨ ਦਾ ਬਿਲਕੁਲ ਸਾਫ਼ ਐ ਡਬਲ ਪਾਵਰ ਕਲਰ ਸ਼ਿਫਟ ਤੁਹਾਡੇ ਸਾਹਮਣੇ ਲਿਖਿਆ ਐ ਤੇ ਜੇ ਗੱਲ ਕਰੀਏ ਪਾਵਰ ਸਟੀਅਰਿੰਗ ਐ ਟਰੈਕਟਰ ਤੇ ਦੇਖ ਸਕਦੇ ਪੂਰਾ ਸਾਫ਼ ਐ ਟਰੈਕਟਰ ਘਰੇ ਘਰੇ ਚੱਲਿਆ ਇੱਕ ਹੱਥ ਚੱਲਿਆ ਤੇ ਜੇ ਕਿਸੇ ਵੀਰ ਭਰਾਣੇ ਲੈਣਾ ਨਾ ਕਿਸਾਨ ਤੋਂ ਮਿਲ ਜੇਗਾ ਐਵੇਂ ਕੋਈ ਡੀਲਰ ਬੰਦਿਆਂ ਦੇ ਹੱਥ ਐ ਚੜਿਆਣੀ ਦਾ ਟਰੈਕਟਰ ਜਿੱਦਾਂ ਚੜ ਗਿਆ ਉਹਦੋਂ ਰੇਟ ਵਧਾ ਕੇ ਅਗਲੇ ਵਿੱਚ ਵੀ ਦੇਣਗੇ ਤੇ ਮੌਕਾ ਇੱਕ ਵਾਰ ਹੀ ਮਿਲਦਾ ਹੁੰਦਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਜੇ ਕਿਸੇ ਕਿਸਾਨ ਭਰਾ ਨੇ ਲੈਣਾ ਹੋਵੇ ਜੋਂਡੀਅਰ ਤੇ ਉਹ ਅਗਲਾ ਲੈ ਸਕੇ 5204 ਡਬਲ ਪਾਵਰ ਕਲਰ ਸ਼ਿਫਟ ਤੇ ਰੇਟ ਹੈਗਾ 430000 ਬਾਕੀ ਮੌਕੇ ਤੇ ਸ਼ੂਟ ਹੋ ਜੇਗੀ ਜੇ ਕਾਟਾ ਵਾਦਾ ਹੁੰਦਾ ਰਹਿੰਦਾ ਬਾਕੀ ਵਾਕੇ ਗੇਅਰ ਇੰਜਨ ਦਾ ਬਿਲਕੁਲ ਓਕੇ ਹੈ ਟਰੈਕਟਰ ਵਾਕੇ ਚੈੱਕ ਕਰ ਸਕਦੇ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਜੇ ਜ਼ਰੂਰ ਧੰਨਵਾਦ ਮਿਲਦਾ ਹੈ ਕਿਸੇ ਹੋਰ ਵੀਡੀਓ 'ਚ